ਅਧਿਆਪਕ ਸਾਥਿਓ ਤੇ ਪਿਆਰੇ ਬੱਚਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਕਰਾਂਗੇ 4 ਜਨਵਰੀ ਦੀ ਮਾਰਨਿੰਗ ਸਲਾਈਡ ਇਸ ਤੋਂ ਪਿੱਛੇ ਜੇ ਕਿਸੇ ਵੀ ਡੇਟ ਦੀ ਤੁਸੀਂ ਕੋਈ ਮਾਰਨਿੰਗ ਸਲਾਈਡ ਨਹੀਂ ਦੇਖੀ ਤਾਂ ਆਪਣੇ ਚੈਨਲ ਤੇ ਸਾਰੀਆਂ ਵੀਡੀਓ ਹੈਗੀਆਂ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਹੁਣ ਆਪਾਂ ਕਰਦੇ ਹਾਂ 4 ਜਨਵਰੀ ਦੀ ਮਾਰਨਿੰਗ ਸਲਾਈਡ ਅੱਜ ਦਾ ਦਿਨ ਵੀਰਵਾਰ ਅੱਜ ਦੀ ਮਿਤੀ 4 ਜਨਵਰੀ 2024 ਅੱਜ ਦਾ ਵਿਚਾਰ प्यारे बच्चों आज ਦਾ ਵਿਚਾਰ ਹੈ ਮਿਹਨਤ ਦਾ ਪੱਲਾ ਕਦੇ ਨਾ ਛੱਡੋ ਤਾਂ ਪਿਆਰੇ ਬੱਚੋ ਮਿਹਨਤ ਦਾ ਜਿਹੜਾ ਪੱਲਾ ਉਹ ਕਦੇ ਵੀ ਨਹੀਂ ਛੱਡਣਾ ਚਾਹੀਦਾ ਮਿਹਨਤ ਕਰਦੇ ਰਹੋ ਕਿਸੇ ਵੀ ਕੰਮ ਨੂੰ ਲੈ ਕੇ ਤੁਸੀਂ ਮਿਹਨਤ ਕਰੋਗੇ ਤੁਹਾਨੂੰ ਜਿਹੜੀ ਸਫਲਤਾ ਉਹ ਜ਼ਰੂਰ ਮਿਲੇਗੀ ਪੜਾਈ ਦੇ ਵਿੱਚ ਵੀ ਤੁਸੀਂ ਮਿਹਨਤ ਕਰੋਗੇ ਕੋਈ ਵੀ ਚੀਜ਼ ਸਿੱਖਣ ਦੀ ਕੋਸ਼ਿਸ਼ ਕਰੋਗੇ ਪੰਜਾਬੀ ਪੜ੍ਹਨ ਦੀ ਕੋਸ਼ਿਸ਼ ਕਰੋਗੇ ਮੈਥ ਦੇ ਸਵਾਲ ਸਿੱਖਣ ਦੀ ਕੋਸ਼ਿਸ਼ ਕਰੋਗੇ ਤਾਂ ਜ਼ਰੂਰ ਤੁਸੀਂ ਉਹ ਚੀਜ਼ ਸਿੱਖ ਜਾਓਗੇ ਪਰ ਜੇ ਤੁਸੀਂ ਮਿਹਨਤ ਹੀ ਨਹੀਂ ਕਰੋਗੇ ਬਿਲਕੁਲ ਸਿੱਖਣ ਦੀ ਕੋਸ਼ਿਸ਼ ਨਹੀਂ ਕਰੋਗੇ ਤਾਂ ਉਹ ਤੁਸੀਂ ਕਦੇ ਵੀ ਨਹੀਂ ਸਿੱਖ पाओगे ਇਸ ਕਰਕੇ ਹਰ ਇੱਕ ਜੋ ਵੀ ਕੰਮ ਹੈ ਚਾਹੇ ਤੁਹਾਡਾ ਕੋਈ ਘਰੇ ਕੰਮ ਹੈ ਜਾਂ ਤੁਸੀਂ ਕੋਈ ਕੰਮ ਸ਼ੁਰੂ ਕਰ ਰਹੇ ਹੋ ਚਾਹੇ ਤੁਹਾਡੀ ਪੜ੍ਹਾਈ ਦਾ ਕੰਮ ਹੈ ਸਾਰੇ ਕੰਮ ਜਿਹੜੇ ਮਿਹਨਤ ਨਾਲ ਹੋ ਸਕਦੇ ਆ ਪਰ ਗੱਲ ਇਹ ਹੈ ਵੀ ਤੁਸੀਂ ਮਿਹਨਤ ਕਰਨੀ ਸ਼ੁਰੂ ਕਰੋ ਤੇ ਮਿਹਨਤ ਦਾ ਪੱਲਾ ਕਦੇ ਨਾ ਛੱਡੋ ਅੱਗੇ ਆਪਾਂ ਕਰਾਂਗੇ ਅੱਜ ਦੇ ਕੁਐਸਚਨ ਪਹਿਲਾ ਕੁਐਸਚਨ ਹੈ ਲੋਟਸ ਟੈਂਪਲ ਕਿੱਥੇ ਸਥਿਤ ਹੈ ਤਾਂ ਪਿਆਰੇ ਬੱਚਿਓ ਇਹ ਲੋਟਸ ਟੈਂਪਲ ਜਿਹੜਾ ਨਵੀਂ ਦਿੱਲੀ ਵਿੱਚ ਸਥਿਤ ਹੈ ਦੂਸਰਾ ਕੁਐਸਚਨ ਸਰਜੀਤ ਹਾਕੀ ਸਟੇਡੀਅਮ ਕਿੱਥੇ ਸਥਿਤ ਹੈ ਤਾਂ ਪਿਆਰੇ ਬੱਚਿਓ ਜਿਹੜਾ ਸਰਜੀਤ ਹਾਕੀ ਸਟੇਡੀਅਮ ਹੈ ਇਹ ਹੈਗਾ ਜਲੰਧਰ ਵਿੱਚ ਪ੍ਰਸ਼ਨ ਨੰਬਰ 3 ਧਰਤੀ ਤੇ ਕਿੰਨੇ ਪ੍ਰਤੀਸ਼ਤ ਪਾਣੀ ਹੈ ਤਾਂ ਪਿਆਰੇ ਬੱਚੋ ਇਹ ਆਪਾਂ ਮੇਰੀ ਦੁਨੀਆ ਦੇ ਵਿੱਚ ਜਦੋਂ ਤੁਹਾਨੂੰ ਲੈਸਨ ਪੜਾਇਆ ਸੀ ਪਾਣੀ ਵਾਲਾ ਉਹਦੇ ਵਿੱਚ ਵੀ ਦੱਸਿਆ ਸੀਗਾ ਜਿਹੜਾ ਧਰਤੀ ਤੇ 71% ਜਿਹੜਾ ਪਾਣੀ ਹੈ ਤੇ ਜਿਹੜੀ 29% ਜਿਹੜੀ ਜ਼ਮੀਨ ਹੈ ਚੌਥਾ ਕੁਸਚਨ ਰੋਮਨ ਅੰਕ ਪ੍ਰਣਾਲੀ ਵਿੱਚ 90 ਕਿਵੇਂ ਲਿਖਿਆ ਜਾਂਦਾ ਹੈ ਤਾਂ ਪਿਆਰੇ ਬੱਚੋ ਇਹ ਤੁਹਾਨੂੰ ਸਕੂਲ ਦੇ ਵਿੱਚ ਚੌਥੀ ਕਲਾਸ 'ਚ ਵੀ ਤੇ ਪੰਜਵੀਂ ਕਲਾਸ ਵਿੱਚ ਜਿਹੜੀ ਰੋਮਨ ਸੰਖਿਆ ਕਰਾਈ ਜਾਂਦੀ ਹੈ ਤੇ 90 ਨੂੰ ਆਪਾਂ ਲਿਖਦੇ ਹਾਂ ਐਕਸ ਤੇ ਸੀ ਨਾਲ ਪੰਜਵਾਂ ਕੁਐਸਚਨ ਧਰਤੀ ਦੇ ਕੁਦਰਤੀ ਉਪਗ੍ਰਹ ਦਾ ਕੀ ਨਾਂ ਹੈ ਤਾਂ ਪਿਆਰੇ ਬੱਚੋ ਧਰਤੀ ਦਾ ਜਿਹੜਾ ਉਪਗ੍ਰਹ ਹੈ ਉਹ ਹੈ ਚੰ드ਰਮਾ ਅੱਗੇ ਆਉ ਬੁਝੀਏ 2 ਇੰਚ ਦੀ ਇੱਕ ਬੰਦੂਕ ਰਹੀਂਦੀ ਹਰਦਮ ਵਿੱਚ ਸੰਦੂਕ ਜੇ ਚਲਾਵੇ ਸਿਆਣਾ ਬੰਦਾ ਲੱਖਾਂ ਦਾ ਸਵਾਰੇ ਧੰਦਾ ਜੇ ਚੜ ਜਾਵੇ ਮੂਰਖ ਅੱਡੇ ਵਸਦਾ ਕਰਨਾ ਕਦੇ ਛੱਡੇ ਤੇ ਇਹ ਹੁੰਦੀ ਹੈ ਪਿਆਰੇ ਬੱਚੋ ਮਾਚਸ ਦੀ ਤਿਲੀ ਜੱਗਿਆ ਆਪਾਂ ਕਰਾਂਗੇ ਵਰਡ ਫੋਰ ਪ੍ਰੈਕਟਿਸ ਅੱਜ ਦੇ ਜਿਹੜੇ ਇੰਗਲਿਸ਼ ਦੇ ਵਰਡ ਤਾਂ ਹਾਂਜੀ ਪਿਆਰੇ ਬੱਚੋ ਟੂਡੇਜ਼ ਵਰਡ ਅੱਜ ਦੇ ਸ਼ਬਦ ਪਹਿਲਾ ਸ਼ਬਦ ਹੈ ਸੋਫਾ S O F A ਸੋਫਾ ਸੋਫਾ ਪਿਆਰੇ ਬੱਚੋ ਜਿਹੜਾ ਘਰ ਦੇ ਵਿੱਚ ਬੈਠਣ ਵਾਸਤੇ ਆਪਾਂ ਦੇਖਦੇ ਹਾਂ ਸੋਫਾ ਗੱਦਾ ਬੈਠਣ ਲਈ ਨਰਮ ਸੀਟ ਉਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿੰਦੇ ਹਾਂ ਸੋਫਾ ਦੂਸਰਾ ਵਰਡ ਹੈ ਟੇਬਲ T A B L E ਟੇਬਲ ਟੇਬਲ ਕਿਹੜਾ ਹੁੰਦਾ ਬੱਚਿਓ ਮੇਜ਼ ਜਿਹੜਾ ਖਾਣੇ ਦਾ ਮੇਜ਼ ਹੋ ਸਕਦਾ ਜਿੰਨੇ ਤੇ ਖਾਣਾ ਬੈਠ ਕੇ ਖਾਂਦੇ ਹੋ ਜਾਂ ਤਖਤਾ ਵੀ ਕਹਿ ਦਿੰਨੇ ਆਪਾਂ ਤੇ ਟੇਬਲ ਸਕੂਲ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਵੀ ਜਿਹੜਾ ਅਧਿਆਪਕ ਬੈਠਦਾ ਹੈ ਸਾਹਮਣੇ ਟੇਬਲ ਰੱਖਿਆ ਹੁੰਦਾ ਹੈ ਚੇਅਰ ਤੇ ਅਧਿਆਪਕ ਬੈਠਦਾ ਹੈ ਤੇ ਟੇਬਲ ਜਿਸ ਤੇ ਨੋਟਬੁੱਕ ਵਗੈਰਾ ਰੱਖ ਕੇ ਚੈੱਕ ਕਰਦੇ ਉਹਨੂੰ ਆਪਾਂ ਕੀ ਕਹਿੰਨੇ ਆ ਟੇਬਲ ਅਗਿਆਗੇ ਕਰਟਨਸ ਕਰਟਨ C U R T A I N S ਕਰਟਨਸ ਕਰਟਨਸ ਕੀ ਹੁੰਦੇ ਆ ਬੱਚੋ ਪਰਦੇ ਹੁੰਦੇ ਆ ਜਿਹੜੇ ਆਪਾਂ ਘਰਾਂ ਦੇ ਵਿੱਚ ਵੀ ਦੇਖਦੇ ਆ ਜਾਂ ਸਕੂਲ ਦੇ ਆਫਿਸ ਵੀ ਤੁਸੀਂ ਦੇਖੇ ਹੋਣੇ ਆ ਜਿਹੜੇ ਖਿੜਕੀਆਂ ਦੇ ਅੱਗੇ ਲੱਗੇ ਹੋਏ ਆ ਉਹ ਕੀ ਹੈ ਕਰਟਨਸ ਇੰਗਲਿਸ਼ ਦੇ ਵਿੱਚ ਆਪਾਂ ਉਹਨੂੰ ਕੋਰਸ ਕਰਟਨਸ ਕਹਿੰਦੇ ਆ ਤੇ ਪੰਜਾਬੀ ਦੇ ਵਿੱਚ ਆਪਾਂ ਇਹਨਾਂ ਨੂੰ ਕਹਿੰਦੇ ਆ ਪਰਦੇ ਚੌਥਾ ਮੈਟ੍ਰਸ M A T T R E S S ਮੈਟ੍ਰਸ ਮੈਟ੍ਰਸ ਕੀ ਹੁੰਦਾ ਹੈ ਗੱਦਾ ਪਿਆਰੇ ਬੱਚੋ ਜਿਹੜਾ ਗੱਦਾ ਤੁਸੀਂ ਬੈੱਡ ਦੇ ਉੱਪਰ ਵਿਛਾਉਂਦੇ ਹੋ ਜਾਂ ਕਈ ਵਾਰ ਜ਼ਮੀਨ ਤੇ ਵਿਛਾਉਂਦੇ ਆਪਾਂ ਉਹ ਉਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆ ਮੈਟ੍ਰਸ ਪੰਜਵਾਂ ਪਿੱਲੋ ਪੀ ਆਈ ਡਬਲ ਐਲਓ ਡਬਲ ਯੂ ਪਿੱਲੋ ਪਿੱਲੋ ਕੀ ਹੁੰਦਾ ਹੈ ਸਹਰਾਣਾ ਇਹ ਤਾਂ ਸਾਰਿਆਂ ਦੇ ਘਰਾਂ ਦੇ ਵਿੱਚ ਦੇਖਿਆ ਹੋਣਾ ਹੈ ਤੇ ਬੱਚਿਓ ਅੱਜ ਦੇ ਜਿਹੜੇ ਸਾਰੇ ਵਰਡ ਜਾਂ ਸ਼ਬਦ ਡਰਾਇੰਗ ਰੂਮ ਜਾਂ ਬੈਠਕ ਨਾਲ ਸੰਬੰਧਿਤ ਹਨ ਤਪ ਅਧਿਆਪਕ ਸਾਥੀਓ ਤੇ ਪਿਆਰੇ ਬੱਚਿਓ ਇਹ ਸੀਗੀ 4 ਜਨਵਰੀ ਦੀ ਮਾਰਨਿੰਗ ਸਲਾਈਡ ਤੇ ਹਰ ਰੋਜ਼ ਦੀ ਤਰ੍ਹਾਂ ਅਧਿਆਪਕ ਸਾਥੀਆਂ ਨੂੰ ਬੇਨਤੀ ਹੈ ਇਹ ਜਿਹੜੀ ਸਲਾਈਡ ਹੈ ਬੱਚਿਆਂ ਦੇ WhatsApp ਗਰੁੱਪ 'ਚ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਬੱਚੇ ਘਰ ਤੋਂ ਇਸ ਮਾਰਨਿੰਗ ਸਲਾਈਡ ਨੂੰ ਵਧੀਆ ਤਰੀਕੇ ਨਾਲ ਜਿਹੜੇ ਆਪਣੀਆਂ ਕਾਪੀਆਂ ਤੇ ਨੋਟ ਕਰਨ ਤੇ ਇਹ ਸਾਰਾ ਕੁਝ ਸਿੱਖ ਸਕਣ ਹੁਣ ਗਵਰਨਮੈਂਟ ਦੇ ਦੇਸ਼ਾ ਅਨੁਸਾਰ ਜਿਹੜੀ 14 ਜਨਵਰੀ ਤੱਕ ਮਾਰਨਿੰਗ ਅਸੈਂਬਲੀ ਨਹੀਂ ਹੋ ਰਹੀ ਪਰ ਕਲਾਸ ਦੇ ਵਿੱਚ 5 ਮਿੰਟ ਲਾ ਕੇ ਬੱਚਿਆਂ ਨੂੰ ਮਾਰਨਿੰਗ ਸਲਾਈਡ ਜ਼ਰੂਰ ਕਰਵਾਈ ਜਾਵੇ ਤਾਂ ਜੋ ਬੱਚਿਆਂ ਦੀ ਥੋੜੀ ਨੌਲੇਜ ਵਧੇ ਤੇ ਜਿਹੜੇ ਇੰਗਲਿਸ਼ ਦੇ ਵਰਡ ਹੈਗੇ ਆ ਇਹ ਵੀ ਬੱਚੇ ਸਿੱਖ ਸਕਣ ਇੱਥੇ ਕੀ ਹੈ ਬੱਚਿਆਂ ਦਾ ਇੱਕ ਥੋੜਾ ਬੇਸਿਕ ਵੀ ਕਲੀਅਰ ਹੁੰਦਾ ਹੈ ਤੇ ਜਿਹੜੇ ਬੱਚੇ ਚੈਨਲ ਨਾਲ ਜੁੜੇ ਹੋਏ ਆ ਉਹ ਵੀ ਇਸ ਚੀਜ਼ ਨੂੰ ਕੰਟੀਨਿਊ ਰੱਖਣ ਕੋਈ ਵੀ ਚੀਜ਼ ਆਪਾਂ ਕੰਟੀਨਿਊ ਕਰਦੇ ਆਂ ਤੇ ਉਹਦੇ ਆਪਾਂ ਨੂੰ ਜਿਹੜੇ ਫਾਇਦੇ ਮਿਲਦੇ ਆ ਥੈਂਕ ਯੂ